ਦੇਖੋ ਗੱਲ ਇਹ ਹੈ ਕਿ ਵਰਕਿੰਗ ਕਮੇਟੀ ਪਾਰਟੀ ਦੀ ਸਭ ਤੋਂ ਪਾਵਰਫੁਲ ਅਤੇ ਸਭ ਤੋਂ ਸ਼ਕਤੀਸ਼ਾਲੀ ਕਮੇਟੀ ਹੈ ਔਰ ਜਿਹੜੀਆਂ ਰੀਸੈਂਟਲੀ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਉਹਦੇ ਰਿਜ਼ਲਟ ਤੋਂ ਬਾਅਦ ਜਿਹੜੀ ਪਾਰਟੀ ਦੀ ਪਰਫਾਰਮੈਂਸ ਦੇ ਉੱਤੇ ਸਮੀਖਿਆ ਕਰਨ ਵਾਸਤੇ ਸਾਰੇ ਜਿਹੜੀਆਂ ਬਾਡੀਜ਼ ਹੈ ਉਹਨਾਂ ਦੀ ਜਿਹੜੀ ਲਗਾਤਾਰ ਮੀਟਿੰਗਾਂ ਹੋਈਆਂ ਪਹਿਲਾਂ ਕੋਰ ਕਮੇਟੀ ਹੋਈ ਹੈ ਫਿਰ ਜ਼ਿਲ੍ਹਾ ਜਥੇਦਾਰ ਸਾਹਿਬਾਨ ਦੀ ਹੋਈ ਹੈ ਉਸ ਤੋਂ ਬਾਅਦ ਸਾਰੇ ਹਲਕਾ ਇੰਚਾਰਜ ਸਾਹਿਬਾਨ ਦੀ ਹੋਈ ਹੈ ਅੱਜ ਵਰਕਿੰਗ ਕਮੇਟੀ ਇਸ ਕਰਕੇ ਸਾਰੀ ਗਰਾਊਂਡ ਲੈਵਲ 'ਤੇ ਅਸੀਂ ਸਾਰੀ ਫੀਡਬੈਕ ਵੀ ਲੈ ਰਹੇ ਹਾਂ ਸੁਜੈਸ਼ਨਸ ਵੀ ਲੈ ਰਹੇ ਹਾਂ ਕਿ ਕਿੱਥੇ ਕਿੱਥੇ ਕਮੀ ਰਹੀ ਉਹਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕਦਾ ਪਾਰਟੀ ਔਰਗਨਾਈਜੇਸ਼ਨ ਨੂੰ ਅੱਗੋਂ ਕਿਵੇਂ ਸਟਰੈਂਥਨ ਕੀਤਾ ਜਾ ਸਕਦਾ ਇਸ ਕਰਕੇ ਪਹਿਲੀਆਂ ਮੀਟਿੰਗਾਂ ਵੀ ਬਹੁਤ ਅੱਛੀਆਂ ਰਹੀਆਂ ਔਰ ਹੁਣ ਵੀ ਜਿਹੜੀ ਮੀਟਿੰਗ ਹੈ ਉਹ ਮੈਂ ਆਸ ਕਰਦਾ ਕਿ ਬੜੇ ਚੰਗੇ ਸੁਝਾਅ ਜਿਹੜੇ ਆ ਕਿਉਂਕਿ ਜਿਹੜੇ ਮੈਂਬਰ ਹੈ ਸਾਰੀ ਵਰਕਿੰਗ ਕਮੇਟੀ ਦੇ ਬੜੇ ਤਜਰਬੇਕਾਰ ਅਤੇ ਬੜੇ ਪੁਰਾਣੇ ਪਾਰਟੀ ਦੇ ਟਕਸਾਲੀ ਆਗੂ ਇਸ ਕਰਕੇ ਮੈਂ ਆਸ ਕਰਦਾ ਕਿ ਅੱਜ ਵੀ ਬੜੇ ਅੱਛੇ ਸੁਜੈਸ਼ਨ ਜਿਹੜੇ ਆ ਉਹ ਪਾਰਟੀ ਦੀ ਬਿਹਤਰੀ ਵਾਸਤੇ ਜਿਹੜੇ ਆ ਉਹ ਸਾਹਮਣੇ ਆਉਣਗੇ ਇਸ ਕਰਕੇ ਸਾਰੀਆਂ ਗੱਲਾਂ ਜੋ ਮੌਜੂਦਾ ਹਾਲਾਤ ਹੈ ਜੋ ਦੇਸ਼ ਦੇ ਵਿੱਚ ਹਾਲਾਤ ਹੈ ਉਹ ਸਾਰੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਡਿਸਕਸ ਹੋਣਗੇ ਦੇਖੋ ਗੱਲ ਇਹ ਹੈ ਕਿ ਸਾਰੀ ਪਾਰਟੀ ਤਾਂ ਇੱਥੇ ਬੈਠੀ ਸੀ ਕੱਲ ਵੀ ਬੈਠੀ ਸੀ ਅੱਜ ਵੀ ਤੁਹਾਡੇ ਸਾਹਮਣੇ ਬੈਠੇਗੀ ਜਦੋਂ ਪਾਰਟੀ ਦਾ ਅਫੀਸ਼ੀਅਲ ਚੈਨਲ ਖੁੱਲ੍ਹਾ ਆ ਆਪਣੇ ਵਿਚਾਰ ਰੱਖਣ ਵਾਸਤੇ ਤੇ ਫਿਰ ਸਾਰਿਆਂ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਪਾਰਟੀ ਫੋਰਮ ਦੇ ਉੱਤੇ ਕੋਈ ਵੀ ਆਪਣਾ ਵਿਚਾਰ ਰੱਖੇ ਤੇ ਉਹ ਜ਼ਿਆਦਾ ਵੈਲਕਮ ਹੋਵੇ ਪਾਰਟੀ ਸਾਰੀ ਇਕਜੁੱਟ ਹੈ ਤੁਸੀਂ ਕੱਲ੍ਹ ਵੀ ਦੇਖ ਲਿਆ ਹਾਜ਼ਰੀ ਅੱਜ ਵੀ ਤੁਸੀਂ ਦੇਖ ਲੈਣੀ ਹੈ ਅਤੇ ਜੇ ਸਾਰੇ ਮੈਂਬਰ ਇੱਕ ਦਿਨ ਅਤੇ ਇੱਕ ਦੋ ਬੰਦਿਆਂ ਦਾ ਵੱਖਰੇ ਹੋਣ ਨਾਲ ਕੋਈ ਬਗਾਵਤ ਜਾਂ ਦੂਜੀ ਨਹੀਂ ਹੁੰਦੀ ਕੋਈ ਕੱਲ੍ਹ ਵੀ ਮੈਂ ਕਿਹਾ ਸੀ ਕਿ ਠੀਕ ਹੈ ਕਿਸੇ ਦਾ ਵੱਖਰਾ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ ਉਹ ਅੱਜ ਕੋਰ ਕਮੇਟੀ ਬੈਠੀ ਹੈ ਜੇ ਕੋਈ ਜ਼ਰੂਰੀ ਹੋਈ ਕੋਈ ਗੱਲ ਤਾਂ ਆਪੇ ਵਿਚਾਰ ਕਰ ਲਈ ਕੋਰ ਕਮੇਟੀ ਦੇ ਮੈਂਬਰ ਵੀ ਨੇ ਉਸ 'ਚ ਜੀ ਉਸ 'ਚ ਸਰਪ੍ਰਸਤ ਵੀ ਨੇ ਸ਼੍ਰੋਮਣੀ ਅਕਾਲੀ ਦਲ ਬਹੁਤ ਥੋੜ੍ਹੇ ਨੇ ਉਹਦੇ 'ਚ ਮੈਂ ਕਿਹਾ ਨਾ ਗਿਣਤੀ ਬੜੀ ਵੱਡੀ ਹੈ 100 ਤੋਂ ਵੱਧ ਟੋਟਲ ਮੈਂਬਰ ਨੇ ਅਤੇ ਉੱਥੇ ਜਿਹੜੇ ਹਾਜ਼ਰ ਸੀ ਉਹ ਗਿਣਤੀ ਦੇ ਆ ਇਸ ਕਰਕੇ ਚਲੋ ਸਾਰੀ ਪਾਰਟੀ ਇਕਜੁੱਟ ਹੋਵੇ ਤਾਂ ਉਹਦੀ ਅਹਿਮੀਅਤ ਹੁੰਦੀ ਹੈ ਇੱਕ ਦੋ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਮਾੜੀਆਂ ਮੋਟੀਆਂ ਸੁਰਾਂ ਜਿਹੜੀਆਂ ਵੱਖਰੀਆਂ ਚੱਲਦੀਆਂ ਰਹਿੰਦੀਆਂ ਵੱਖਰਾ ਕਿਸੇ ਦਾ ਵਿਚਾਰ ਹੁੰਦਾ ਕੋਈ ਗੱਲ ਆਪਰੇਸ਼ਨ ਕੀ ਲੱਗਦਾ ਕਿ ਜੇਕਰ ਦੇਖਿਆ ਜਾ ਸਕੇ ਸਰ ਆਪਰੇਸ਼ਨ ਲੋਟਸ ਦੇਖੋ ਕੱਲ ਦਾ ਜਿਹੜਾ ਸਾਡਾ ਰੈਜ਼ੋਲੂਸ਼ਨ ਹੈ ਬੜਾ ਸਪਸ਼ਟ ਹੈ ਇਸ ਕਰਕੇ ਕਿਹੜੀਆਂ ਸ਼ਕਤੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੀਆਂ ਕਿਹੜੀਆਂ ਕੇਂਦਰ ਦੀ ਸਰਕਾਰ ਸੂਬੇ ਦੀ ਸਰਕਾਰ ਕਿਵੇਂ ਪਾਰਟੀ ਨੂੰ ਲੀਡਰਲੈਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਉਹ ਸਾਰਾ ਕੁਝ ਰੈਜ਼ੋਲੂਸ਼ਨ ਚ ਕੱਲ ਪਾਰਟੀ ਨੇ ਕਹਿਤਾ ਚੈਨਲ ਹੀ ਥੋੜਾ ਚੱਲਦਾ ਕੀ ਗੱਲ ਚੈਨਲ ਟੀਵੀ ਤੇ ਨਹੀਂ ਚੱਲਦਾ ਨਹੀਂ ਕੀ ਗੱਲ ਚੱਲ ਰਹੀ ਲਾਈਵ ਚੱਲ ਰਹੀ ਹੈ ਕਰਦੇ ਗੱਲ ਹਾਂਜੀ ਜੀ ਓਕੇ ਆਈਡੀ ਬਣਾ ਦੇ ਤੁਸੀਂ ਬੜਾ ਜੀ ਜ਼ਰੂਰ ਆਕਾਸ਼ ਹਾਂਜੀ ਸਰ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਜੀ ਕਿਵੇਂ ਦੇਖਦੇ ਹੋ ਜੀ ਕੀ ਲੱਗਦਾ ਜੀ ਅੱਜ ਕੈਮਰੇ ਵਾਲ ਦੇਖੋ ਦੇਖੋ ਸਹੀ ਮਹੀਨੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਬਾਅਦ ਅਸੀਂ ਸਾਰੀਆਂ ਹੀ ਆਪਣੀਆਂ ਜਿੰਨੀਆਂ ਵੀ ਕਮੇਟੀਆਂ ਹੈ ਚਾਹੇ ਕੋਰ ਕਮੇਟੀ ਹੈ ਜਾਂ ਜ਼ਿਲ੍ਹਾ ਜਥੇਬੰਦੀ ਹੈ ਮੈਂਬਰ ਆਪਣੇ ਜਿਹੜੇ ਹਲਕੇ ਦੇ ਇੰਚਾਰਜ ਆ ਅੱਜ ਵਰਕਿੰਗ ਕਮੇਟੀ ਆ ਉਹਦੇ ਵਿੱਚ ਇਹ ਵੱਖ ਵੱਖ ਮੈਂਬਰਾਂ ਦੀਆਂ ਮੀਟਿੰਗਾਂ ਜਿਹੜੀਆਂ ਹੋ ਰਹੀਆਂ ਉਹਦੇ ਵਿੱਚ ਇੱਕੋ ਹੀ ਗੱਲ ਹੈ ਕਿ ਮੰਥਨ ਕਰ ਰਹੇ ਹਾਂ ਕਿ ਪਾਰਟੀ ਜਿਹੜੀ ਪਿੱਛੇ ਇਲੈਕਸ਼ਨ ਹੋਈ ਆ ਉਹਦੇ ਵਿੱਚ ਜਿਹੜੇ ਰਿਜ਼ਲਟ ਆਏ ਆ ਉਹਦੇ ਵਾਸਤੇ ਅਤੇ ਅਗਾਂਹ ਦੀ ਜਿਹੜੀ ਨੀਤੀ ਆ ਅਗਾਂਹ ਉਹ ਕਿੱਦਾਂ ਬਣਾਉਣੀ ਆ ਉਹਦੇ ਵਾਸਤੇ ਮੀਟਿੰਗਾਂ ਚੱਲਦੀਆਂ ਤਾਂ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਹੈ
ਸਰ ਪਾਰਟੀ 'ਚ ਬਾਗੀ ਸੁਰਾਂ ਵੀ ਉੱਠ ਰਹੀਆਂ ਨੇ ਜੀ, ਪਾਰਟੀ ਪ੍ਰਧਾਨ ਬਦਲਣ ਦੀ ਗੱਲਾਂ ਹੋ ਰਹੀਆਂ ਨੇ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਵੱਡੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰੀਜਨਲ ਪਾਰਟੀ ਆ। ਕਦੇ ਕਦੇ ਜਦੋਂ ਇਲੈਕਸ਼ਨਾਂ ਹੁੰਦੀਆਂ ਜਿੱਤਾਂ ਹਾਰਾਂ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਉਤਰਾਅ ਚੜਾਅ ਹੁੰਦੇ ਆ। ਮੈਂ ਸਮਝਦਾ ਕਿ ਸਾਰਿਆਂ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਆ। ਕੱਲ੍ਹ ਜੋ ਉਹਨਾਂ ਨੇ ਕੀਤਾ, ਪਰ ਮੈਨੂੰ ਕੀਤਾ ਥੋੜ੍ਹਾ ਜਿਹਾ ਦੁੱਖ ਹੋਇਆ ਵੀ ਕਈ ਸੀਨੀਅਰ ਲੀਡਰ ਉਸ ਵਿੱਚ ਮੀਟਿੰਗ ਵਿੱਚ ਹਾਜ਼ਰ ਹੋਏ ਆ। ਉਹਨਾਂ ਨੂੰ ਪਾਰਟੀ ਦੇ ਸੰਵਿਧਾਨ ਵਿਧਾਨ ਦਾ ਤਾਂ ਪਤਾ ਹੋਣਾ ਚਾਹੀਦਾ ਕਿ ਪਾਰਟੀ ਦਾ ਲੀਡਰ ਕਿਵੇਂ ਚੁਣਿਆ ਜਾਂਦਾ, ਲੀਡਰ ਦਾ ਅਸਤੀਫਾ ਕਿਵੇਂ ਲਿਆ ਜਾਂਦਾ। ਸੜਕਾਂ 'ਤੇ ਬੈਠ ਕੇ ਬਾਹਰ ਸ਼ਹਿਰਾਂ 'ਚ ਬੈਠ ਕੇ ਤਾਂ ਅਸਤੀਫਾ ਨਹੀਂ ਲਿਆ ਜਾਣਾ। ਪਾਰਟੀ ਦੇ ਵਿੱਚ ਆ ਕੇ ਸਿਸਟਮ ਬਣਿਆ ਆ, ਉਹ ਸਿਸਟਮ ਅਡੋਪਟ ਕਰਨਾ ਚਾਹੀਦਾ ਉਹਨਾਂ ਨੂੰ। ਕੋਰ ਕਮੇਟੀ 'ਚ ਕੋਈ ਇਹ ਚਰਚਾ ਹੋਈ ਸੀ? ਤੁਸੀਂ ਕਹਿ ਰਹੇ ਹੋ ਕਿ ਹੁਣ ਉਹ ਬਾਗੀ ਹੋ ਗਏ, ਪਰ ਸਾਡੇ ਕੋਲ ਮੈਂ ਨਹੀਂ ਕਿਹਾ ਬਾਗੀ ਚਰਚਾ ਹੋਈ ਸੀ। ਦੇਖੋ ਮੈਂ ਨਹੀਂ ਕਿਹਾ ਬਾਗੀ ਹੋ ਗਏ, ਇਹ ਤਾਂ ਇਹਨਾਂ ਨੇ ਸਵਾਲ ਕੀਤਾ। ਮੈਂ ਕਹਿੰਦਾ ਸਾਰਿਆਂ ਨੂੰ ਵਿਚਾਰ ਰੱਖਣ ਦਾ ਹੱਕ ਆ, ਪਰ ਪਾਰਟੀ ਦੇ ਵਿੱਚ ਆ ਕੇ ਰੱਖਣ ਦਾ ਹੱਕ ਆ। ਜੇ ਕੋਈ ਮੈਨੂੰ ਵੀ ਮੁਸ਼ਕਲ ਆ ਜਾਂ ਮੇਰੇ ਕੋਲ ਵਿਚਾਰ ਮਨ 'ਚ ਗੱਲ ਆ, ਤਾਂ ਮੈਨੂੰ ਵੀ ਗੱਲ ਉਹ ਕਰਨੀ ਚਾਹੀਦੀ ਆ, ਪਾਰਟੀ ਦੇ ਵਿੱਚ ਬਹਿ ਕੇ ਕਰਨੀ ਚਾਹੀਦੀ ਆ। ਕੋਰ ਕਮੇਟੀ 'ਚ ਇਹ ਚਰਚਾ ਹੋਈ ਸੀ ਜਿਹੜੀ ਹੁਣ ਉਹ ਓਪਨਲੀ ਗੱਲ ਕਰ ਰਹੇ ਨੇ? ਦੇਖੋ ਕੋਰ ਕਮੇਟੀ ਦੇ ਵਿੱਚ ਤਾਂ ਵਿਚਾਰਾਂ ਹੀ ਹੋਈਆਂ ਸੀ ਇਲੈਕਸ਼ਨ ਦੇ ਸੰਬੰਧ ਦੇ ਵਿੱਚ ਕਿ ਆਪਾਂ ਇਲੈਕਸ਼ਨ ਜਿਹੜੀ ਆ 9 ਹਲਕਿਆਂ ਤੋਂ ਸਾਡੀ ਜਮਾਨਤਾਂ ਜ਼ਬਤ ਹੋਈਆਂ, ਜੇ ਆਪਾਂ ਚੰਗਾ ਰਿਜ਼ਲਟ ਨਹੀਂ ਦੇ ਸਕੇ, ਇਸ ਕਰਕੇ ਉਹਦੇ ਬਾਰੇ ਵਿਚਾਰਾਂ ਹੋਈਆਂ ਸੀ ਕੋਰ ਕਮੇਟੀ ਵਿੱਚ। ਅਤੇ ਹੁਣ ਸਾਰਾ ਮੰਥਨ ਚੱਲ ਰਿਹਾ, ਸਾਰੀਆਂ ਮੀਟਿੰਗਾਂ ਹਾਲੇ ਹੋਰ ਹੋਣਗੀਆਂ ਸਾਰੀਆਂ। ਦੇਖੋ ਇਹ ਤਾਂ ਚੱਲਦਾ ਰਹਿੰਦਾ, ਤੁਸੀਂ ਦੇਖਿਆ ਪਿਛਲੀ ਪਾਰਲੀਮੈਂਟ ਵੇਲੇ ਲੋਕ ਸਵੇਰ ਨੂੰ ਹੋਰ ਪਾਰਟੀ ਵਿੱਚ ਸੀਗੇ, ਦੁਪਹਿਰ ਨੂੰ ਹੋਰ ਵਿੱਚ ਚਲੇ ਗਏ, ਦੂਜੇ ਦਿਨ ਹੋਰ ਵਿੱਚ ਚਲੇ ਗਏ। ਇਹ ਪਾਰਟੀਆਂ ਦੇ ਵਿੱਚ ਸਿਸਟਮ ਇੱਕ ਤਾਂ ਚੱਲ ਪਿਆ ਇਹੋ ਜਿਹਾ। ਸੋ ਮੈਂ ਸਮਝਦਾ ਕਿ ਹਰ ਇੱਕ ਬੰਦਾ ਚਾਹੁੰਦਾ ਵੀ ਮੈਨੂੰ ਕੁਛ ਆ ਜਲਦੀ ਹਾਸਲ ਹੋ ਜਾਵੇ। ਕੋਈ ਪ੍ਰਧਾਨਗੀ ਦੀ ਚੱਕਰ ਦੇ ਵਿੱਚ ਫਿਰਦੇ ਆ, ਕੋਈ ਦੂਜੇ ਪਾਸਿਓਂ ਗੱਪਾਂ ਮਿਲ ਜਾਵੇ, ਉਹਨਾਂ ਨੂੰ ਤੁਰੇ ਹੋਏ ਆ। ਉਹਨਾਂ ਦੇ ਆਪਣੇ ਉਹ ਆਜ਼ਾਦ ਵਾ, ਇੰਡੀਪੈਂਡੈਂਟ ਵਾ, ਕੁਛ ਵੀ ਕਰ ਸਕਦੇ। ਪਰ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਵਾ, ਇਹ ਲੰਬਾ ਇਤਿਹਾਸ ਵਾ, ਅਤਰਾਅ ਚੜਾਉਂਦੇ ਰਹੇ ਆ। ਔਰ ਤੁਹਾਨੂੰ ਯਾਦ ਹੋਣਾ ਕਿ ਪ੍ਰਕਾਸ਼ ਸਿੰਘ ਬਾਦਲ 80 ਤੋਂ ਬਾਅਦ 97 ਦੇ ਵਿੱਚ ਦੁਬਾਰਾ ਫਿਰ ਪਾਵਰ ਵਿੱਚ ਆਏ ਸੀ, 17 ਸਾਲ ਉਹ ਬਾਹਰ ਰਹੇ ਆ। ਸੋ ਮੈਂ 80 ਦਾ ਪਾਰਟੀ ਦੇ ਵਿੱਚ ਹਾਂ, ਮੈਂ ਉਹਨਾਂ ਦੇ ਨਾਲ ਲੰਬਾ ਸਮਾਂ ਕੰਮ ਕੀਤਾ। ਬਹੁਤ ਸਾਰੇ ਲੀਡਰ ਆਏ ਆ, ਬਹੁਤ ਸਾਰੇ ਚਲੇ ਗਏ, ਇਹ ਗੱਲਾਂ ਚੱਲਦੀਆਂ ਰਹਿਣੀਆਂ ਹੁੰਦੀਆਂ। ਸੋ ਇਸ ਕਰਕੇ ਕੋਈ ਇੱਦਾਂ ਦੀ ਗੱਲ ਨਹੀਂ, ਕਈ ਜਾਂਦੇ ਆ, ਕਈ ਆਉਂਦੇ ਆ, ਕਦੇ ਪਰਿਵਾਰ ਇੱਦਾਂ ਹੀ ਚੱਲਦੇ ਰਹਿੰਦੇ ਆ। ਸੋ ਪਰ ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਕਿ ਕਿਸੇ ਵੀ ਜਿਹੜਾ ਸਾਡੇ ਪਾਰਟੀ ਦਾ ਲੀਡਰ ਆ, ਜਿਹਨੇ ਪਾਰਟੀ ਦੇ ਵਿੱਚ ਕੰਮ ਕੀਤਾ ਜਾਂ ਪਾਰਟੀ ਨੇ ਉਹਨੂੰ ਮਾਣ ਸਨਮਾਨ ਦਿੱਤਾ, ਉਹਨੂੰ ਕੋਈ ਵੀ ਜਿਹੜੀ ਉਹਨੂੰ ਗੱਲ ਕਰਨੀ ਆ, ਉਹ ਪਾਰਟੀ 'ਤੇ ਆ ਕੇ ਮੀਟਿੰਗ ਦੇ ਵਿੱਚ ਪਲੇਟਫਾਰਮ 'ਤੇ ਕਰੇ, ਨਾ ਕਿ ਬਾਹਰ ਜਾ ਕੇ ਪਾਰਟੀ ਨੂੰ ਬਦਨਾਮ ਕਰੇ। ਮੈਂ ਬਿਆਨ ਲਿਖਤ ਦਿੱਤਾ ਹੈਗਾ, ਮੈਂ ਕੋਈ ਮੁਜਬਾਨੀ ਨਹੀਂ ਦਿੱਤਾ। ਜਿਸ ਪਾਰਟੀ ਨੇ ਮੇਰੇ ਅਗੇਂਸਟ ਬੀਜੇਪੀ ਨੇ ਕੋਈ ਐਕਸ਼ਨ ਲੈਣਾ ਲਵੇ, ਫਿਰ ਮੈਂ ਤੁਹਾਨੂੰ ਸਾਰਾ ਡਿਟੇਲ ਦੱਸ ਦਿਆਂ। ਹਾਲੇ ਪਾਰਟੀ ਦੇ ਪ੍ਰਧਾਨ ਕੋਲ ਪੁੱਛੇ ਬਗੈਰ ਮੈਂ ਕੋਈ ਹੋਰ ਅਗਲੀ ਗੱਲ ਨਹੀਂ ਕਰਨੀ, ਪਰ ਇਹ ਗੱਲ ਪੱਕੀ ਹੈਗੀ, ਜੇ ਉਹਨਾਂ ਨੂੰ ਸ਼ੱਕ ਹੈਗਾ ਵੀ ਮੈਂ ਝੂਠਾ ਐਲੀਗੇਸ਼ਨ ਲਗਾ ਰਿਹਾ, ਉਹ ਮੇਰੇ ਨਾਲ ਤੁਹਾਡੇ ਕਿਸੇ ਟੀਵੀ ਚੈਨਲ ਤੇ ਬਹਿ ਜਾਣ, ਮੇਰੇ ਸਾਹਮਣੇ ਬੈਠ ਜਾਣ, ਮੈਂ ਸਾਰਿਆਂ ਦੇ ਕੱਪੜੇ ਲੀਰੋ ਲੀਰ ਕਰਕੇ ਰੱਖ ਦਿਆਂਗਾ, ਸਾਬਤ ਕਰ ਦਿਆਂਗਾ ਆਪਰੇਸ਼ਨ ਲਿਟੋ ਸਾਕਾ। ਨਿਕਲਾਂਗੇ ਜਿਹੜੇ ਲੀਡਰ ਇਕੱਠੇ ਹੋਏ ਨੇ ਅਕਾਲੀ ਦਲ ਦੇ ਲੀਡਰ ਦੇ, ਔਰ ਕਹਿੰਦੇ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਹੋਣਾ ਚਾਹੀਦਾ, ਉਹਨਾਂ ਨੂੰ ਮੈਂ ਕਹਿੰਦੇ ਉਹੀ ਨੇ, ਮੈਂ ਕਹਿੰਦਾ ਜੀ ਉਹ ਅਕਾਲੀ ਦਲ ਦੇ ਲੀਡਰ ਹੈਗੇ,
ਔਰ ਉਹਨਾਂ ਚੋਂ ਬੜੇ 90% ਜੰਮਣ ਦੇ ਲੀਡਰ ਹੈਗੇ, ਪਰ ਉਹਨਾਂ ਦਾ ਜਿਹੜਾ ਇਹ ਤਰੀਕਾ ਹੈਗਾ ਇਹ ਗਲਤ ਤਰੀਕਾ ਹੈ। ਉਹਨਾਂ ਨੂੰ ਪਾਰਟੀ ਫੋਰਮ ਦੇ ਵਿੱਚ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ ਔਰ ਗੱਲ ਕਰਨੀ ਚਾਹੀਦੀ ਹੈ, ਹਿੰਮਤ ਹੈ ਤਾਂ ਗੱਲ ਕਰਨ। ਤੁਸੀਂ ਆਪਣੇ ਕਹੋ ਜੀ 5-10 ਬੰਦੇ ਇਕੱਠੇ ਹੋ ਕੇ ਆਪਣੇ ਨਾਲ ਆਪਣੇ ਲੋਟੇ ਲੈ ਕੇ ਕਹੋ ਜੀ ਐਸਾ ਜੀ ਅਸੀਂ ਅਸਤੀਫਾ ਮੰਗਦੇ ਹਾਂ, ਕਰੋ ਕੀ ਹੈਗਾ, ਤੁਸੀਂ ਆਓ ਨਾ। ਲੇਕਿਨ ਕਾਰਵਾਈ ਕਰਨਾ ਨਾ ਕਰਨਾ ਪ੍ਰਧਾਨ ਦਾ ਕੰਮ ਹੈ। ਮੈਂ ਕਹਿੰਦਾ ਜੀ ਹਾਲੇ ਅਸੀਂ ਕੋਈ ਕਾਹਲੀ ਚ ਨਹੀਂ ਹਾਂ, ਅਸੀਂ ਉਹਨਾਂ ਕੋਲ ਕੋਈ ਡਰੇ ਹੋਏ ਨਹੀਂ ਆ ਕਿ ਫਟਾਫਟ ਉਹਨਾਂ ਨੂੰ ਕੱਢ ਦਈਏ ਰੱਖ ਦਈਏ ਕੋਈ ਆਪਰੇਸ਼ਨ ਕਰੀਏ, ਸਾਨੂੰ ਕੋਈ ਕਾਹਲੀ ਨਹੀਂ। ਲੇਕਿਨ ਉਹ ਕਹਿੰਦੇ ਪਾਰਟੀ ਫੋਰਮ ਚ ਕਈ ਵਾਰ ਗੱਲਬਾਤ ਕੀਤੀ, ਕੋਈ ਸੁਣਨ ਵਾਲਾ ਹੀ ਨਹੀਂ। ਮੈਂ ਵੀ ਤਾਂ ਉਸ ਫੋਰਮ ਚ ਬੈਠਾ ਹੋਇਆ ਸਾਂ, ਮੇਰੇ ਸਾਹਮਣੇ ਇਕੱਲੇ ਸੀ। ਮੈਂ ਜਦ ਉਸ ਦੇ ਬੈਠਾ ਹੋਇਆ ਹਰ ਮੀਟਿੰਗ ਵਿੱਚ, ਤੇ ਮੇਰੇ ਸਾਹਮਣੇ ਤਾਂ ਕਦੇ ਨਹੀਂ ਉਹਨੇ ਗੱਲ ਕੀਤੀ। ਜਿਹਨੇ ਕੀਤੀ ਉਹ ਮੈਨੂੰ ਦੱਸੋ, ਮੈਂ ਪੁੱਛਾਂ ਦੱਸ ਕਿੱਥੇ ਕੀਤੀ ਹੈ। ਮੈਂ ਤਾਂ ਉਹਨਾਂ ਨੇ ਇਹ ਵੀ ਰਾਏ ਦਿੱਤੀ ਸੀ, ਤੁਸੀਂ ਅਗਰ ਨਹੀਂ ਕੀਤੀ ਤਾਂ ਤੁਸੀਂ ਇੰਡੀਵਿਜੁਅਲੀ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੋ, ਆਪਣੀ ਗੱਲ ਰੱਖੋ। ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨਹੀਂ ਕਹਿੰਦੇ, 5-5 ਬੰਦੇ ਜਾ ਕੇ ਗੱਲ ਰੱਖੋ ਉਹਨੂੰ, ਕੋਈ ਤੁਸੀਂ ਕਿਹੜਾ ਕੰਮ ਕੀਤਾ ਦੋਵਾਂ 'ਚੋਂ, ਇੱਕ ਦੱਸਣ ਕਿਹੜਾ ਕੰਮ ਕੀਤਾ। ਸਰਨਾ ਸਾਹਿਬ, ਇੱਕ ਜਿਹੜਾ 1 ਜੁਲਾਈ ਨੂੰ ਇਹ ਸ਼੍ਰੀ ਅਕਾਲ ਤਖਤ ਸਾਹਿਬ ਜਾ ਰਹੇ ਨੇ, ਜਿਹੜੀ ਖੀਮਾ ਯਾਤਰੀ ਜਾਂ ਇਹਦੀ ਗੱਲ ਕਰ ਰਹੇ ਨੇ, ਉਹਨਾਂ ਕੋਲ ਜੀ ਲੱਗਦਾ ਕੋਈ ਖੁਲਾਸਾ ਕਰ? ਮੈਂ ਕਹਿੰਦਾ ਜੀ 9 ਸਾਲ ਇਹ ਖੀਮਾ ਯਾਤਰਾ ਮੰਗਣ ਕਿਉਂ ਨਹੀਂ ਅਕਾਲ ਤਖਤ ਤੇ ਗਏ, ਅੱਜ ਕਿਉਂ ਜਾ ਰਹੇ ਨੇ? ਮੈਨੂੰ ਇਸ ਗੱਲ ਦਾ ਜਵਾਬ ਦੇਣ। ਜਦ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ, ਸਮੁੱਚੀ ਲੀਡਰਸ਼ਿਪ ਅਕਾਲ ਤਖਤ ਤੇ ਜਾ ਕੇ ਮਾਫ਼ੀ ਵੀ ਮੰਗ ਰਹੇ ਨੇ, ਸਜ਼ਾ ਵੀ ਲਵਾਏ ਨੇ, ਕੋਈ ਕਮੀ ਰਹਿ ਗਈ ਹੈ ਉਸ ਵਕਤ ਦੇ ਜਥੇਦਾਰ ਕੋਲੋਂ ਕਿਸੇ ਚੀਜ਼ ਦੀ? ਅਸੀਂ ਪਾਰਟੀ ਦੇ ਤੌਰ ਤੇ ਸਾਰੇ ਜਾਵਾਂਗੇ, ਉਹਦੇ 'ਚ ਕੀ ਹੈ? ਸਾਨੂੰ ਅਕਾਲ ਤਖਤ ਜਾਣ ਦਾ ਕੋਈ ਨਹੀਂ, ਪਰ ਇਹ ਪਾਰਟੀ ਕਿਸੇ ਦੇ ਕਮਰੇ 'ਚ ਕਿਸੇ ਦੇ ਘਰ 'ਚ ਨਹੀਂ ਬਣੀ, ਅਕਾਲ ਤਖਤ ਸਾਹਿਬ ਤੇ ਬਣੀ ਹੈ। ਇਸ ਨੂੰ ਕੋਈ ਵੀ ਬੰਦਾ, ਇਸ ਪਾਰਟੀ ਨੂੰ ਤੋੜਨ ਦੀਆਂ ਬੜੀਆਂ ਸਾਜ਼ਿਸ਼ਾਂ ਹੋਈਆਂ, ਸਾਰੀਆਂ ਫੇਲ ਹੋਈਆਂ, ਇਹ ਵੀ ਫੇਲ ਹੋਈ। ਸਰਦਾਰ ਸਾਹਿਬ, ਆ ਜਿਹੜਾ ਘੜਾ ਖੜਾ ਹੋਇਆ, ਕਿਸੇ ਦੇ ਇਸ਼ਾਰੇ ਤੇ ਖੜਾ ਹੋਇਆ, ਆ ਜਿਹੜਾ ਘੜਾ ਖੜਾ ਹੋਇਆ,